ਹੈਲੋ ਕਿਡਸ ਹਾਊ ਆਰ ਯੂ ਫਾਈਨ ਓਕੇ ਬੱਚਿਓ ਪਿਛਲੀ ਵੀਡੀਓ ਵਿੱਚ ਅਸੀਂ ਸਮਾਲ ਲੈਟਰਸ ਤੇ ਕੈਪੀਟਲ ਲੈਟਰਸ ਬਾਰੇ ਪੜਿਆ ਸੀ ਅਲਫਾਬੈਟ ਬਾਰੇ ਪੜਿਆ ਸੀ ਤੇ ਬੱਚਿਓ ਅੱਜ ਅਸੀਂ ਪੜਾਂਗੇ ਵੋਵਲਸ ਤੇ ਗ੍ਰੀਟਿੰਗਸ ਹਾਂ ਬੱਚਿਓ ਇੰਗਲਿਸ਼ ਅਲਫਾਬੈਟ ਵਿੱਚ ਟੋਟਲ ਲੈਟਰਸ ਹੁੰਦੇ ਆ ਬੱਚਿਓ 26 ਤੇ ਇਹਨਾਂ ਵਿੱਚ ਬੱਚਿਓ ਵੋਵਲਸ ਹੁੰਦੇ ਆ 5 ਤੇ ਕੰਸੋਨੈਂਟਸ ਹੁੰਦੇ ਆ 21 ਵੋਵਲਸ ਕੀ ਹੁੰਦੇ ਬੱਚਿਓ ਸਵਰ ਹੁੰਦੇ ਆ ਜਿਦਾ ਹਿੰਦੀ ਵਿੱਚ ਅ ਆ ਈ ਈ ਹੁੰਦੇ ਆ ਇਸ ਤਰ੍ਹਾਂ ਇੰਗਲਿਸ਼ ਵਿੱਚ ਬੱਚਿਓ ਵੋਵਲਸ ਹੁੰਦੇ ਆ ਪੰਜ ਹੁੰਦੇ ਆ ਉਹਨਾਂ ਦੀ ਗਿਣਤੀ ਤੇ ਕੰਸੋਨੈਂਟਸ ਕੰਸੋਨੈਂਟਸ ਹੁੰਦੇ ਬੱਚਿਓ ਬਯੰਜਨ ਜਿਦਾ ਹਿੰਦੀ ਵਿੱਚ ਕ ਖ ਗ ਇਹ ਸਾਰੇ ਕੀ ਹੁੰਦੇ ਆ ਬਯੰਜਨ ਤੇ ਅਸੀਂ ਅੰਗਰੇਜ਼ੀ ਵਿੱਚ ਕੀ ਕਹਿੰਦੇ ਇਹਨਾਂ ਨੂੰ ਬੱਚਿਓ ਕੰਸੋਨੈਂਟਸ ਇਹ ਬੱਚਿਓ 21 ਹੁੰਦੇ ਹਨ ਤੇ 21 ਨੂੰ 5 ਵਿੱਚ ਜੋੜ ਦਿਓ ਕਿੰਨੇ ਹੋ ਜਾਂਦੇ ਬੱਚੋ ਟੋਟਲ ਲੈਟਰਸ 26 ਆਓ ਸ਼ੁਰੂ ਕਰੀਏ ਬੱਚੋ ਬਾਬਲਸ ਹਾਂ ਜੀ ਦੇਖੋ ਬਾਬਲਸ ਹੁੰਦੇ ਆ ਪੰਜ ਏ ਈ ਆਈ ਓ ਯੂ ਬੱਚੋ ਅਸੀਂ ਦੇਖੋ ਜਿਹੜੇ ਬਾਬਲਸ ਹੈ ਨੇ ਇੱਕੋ ਹੀ ਪਹਿਚਾਣ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਬੋਲਦੇ ਹੰਨ ਤੇ ਗਲੇ ਚੋਂ ਸਿੱਧੇ ਨਿਕਲਦੇ ਆ ਨਾ ਸਾਡਾ ਕੋਈ ਦੰਦ ਟੱਚ ਹੁੰਦਾ ਹੈ ਨਾ ਜੀਬ ਟੱਚ ਹੁੰਦੀ ਹੈ ਨਾ ਲਿਪਸ ਟੱਚ ਹੁੰਦੇ ਹਨ ਮਤਲਬ ਬੋਲ ਕੇ ਪ੍ਰੈਕਟਿਸ ਕਰਕੇ ਦੇਖ ਲਓ ਜਿਵੇਂ ਏ ਈ ਆਈ ਓ ਯੂ ਤੇ ਬਾਕੀ ਬੱਚੇ ਜਿਹੜੇ ਬਚ ਗਏ ਆ ਆਪਣੇ 21 ਕੌਨਸੋਨੈਂਟਸ ਹੈਗੇ ਬੱਚਿਓ ਇਹ ਤੇ ਇਹਨਾਂ 'ਚ ਦੇਖੋ ਜਦੋਂ ਵੀ ਆਪਾਂ ਕੁਝ ਬੋਲਾਂਗੇ ਜਦੋਂ ਆਪਾਂ ਬੋਲੋ ਬੀ ਬੋਲਾਂਗੇ ਬੀ ਤੇ ਸਾਡੇ ਲਿਪਸ ਆਪਸ ਵਿੱਚ ਟਕਰਾ ਰਹੇ ਆ ਸੀ ਸੀ ਨਾਲ ਸਾਡੇ ਜੀਬ ਦੰਦਾਂ ਨਾਲ ਟਕਰਾ ਰਹੀ ਹੈ ਤੇ ਇਹ ਕੀ ਹੈ ਸਾਡੇ ਬੱਚਿਓ ਕੌਨਸੋਨੈਂਟਸ ਹੈਗੇ ਆ ਹਾਂ ਬੱਚਿਓ ਤੇ ਆਹਨਾਂ ਦੇਖੋ ਵੋਵਲਸ ਏ ਈ ਆਈ ਓ ਯੂ ਇਹ ਬੱਚੇ ਕਿੰਨੇ ਆ ਹੁਣੇ ਦੱਸਿਆ ਤੁਹਾਨੂੰ ਇਹ ਹੈਗੇ ਟੋਟਲ 5 ਹੁੰਦੇ ਆ ਬੱਚਿਓ ਤੇ ਅੱਗੇ ਕੌਨਸੋਨੈਂਟਸ ਕੌਨਸੋਨੈਂਟਸ ਬੱਚਿਓ b c d f g h j k l m n o p q r s t v w x y z ਇਹ ਬੱਚੇ 21 ਹੈਗੇ ਆ ਹਾਂ ਬੱਚੇ ਪੋਇਮ ਕਰ ਲਈ ਆਪਾਂ ਵੋਵਲਸ ਹਾਂ ਬੋਲ a e i o u A E I O U, A E I O U, A E I O U. we are the vowels. we are the vowels, saying to you A E I O U, A E I O U, A E I O U, A E I O U. We are five, we are five, same to you. A, E, I, O, U, A, E, I, O, U. A, E, I, O, U, A, E, I, O, U. Equal favorites, you? A, E, I, O, U, A, E, I, O, U. A-E-I-O-U, A-E-I-O-U. We are the vowels. We are the vowels. Saying to you. A-E-I-O-U, A-E-I-O-U. A-E-I-O-U, A-E-I-O-U.

ਗਰੀਟਿੰਗਸ ਕੀ ਹੁੰਦਾ ਬੱਚਿਓ ਦਿਨ ਵਿੱਚ ਆਪਾਂ ਜਦੋਂ ਕਿਸੇ ਨੂੰ ਮਿਲਦੇ ਹਾਂ ਤੇ ਅਸੀਂ ਜਿੱਦਾਂ ਸਤਿ ਸ੍ਰੀ ਅਕਾਲ ਕਹਿੰਨੇ ਆ ਨਮਸਤੇ ਕਹਿੰਦੇ ਆ ਤੇ ਇਹਦਾ ਇੰਗਲਿਸ਼ ਵਿੱਚ ਆਪਾਂ ਕੀ ਕੀ ਕਹਿੰਨੇ ਆ ਬੱਚਿਓ ਤੇ ਉਹ ਅਸੀਂ ਸਿੱਖਣਾ ਹੈਗਾ ਉਹਨੂੰ ਕੀ ਕਹਿੰਦੇ ਆਪਾਂ ਗਰੀਟਿੰਗਸ ਹਾਂ ਬੱਚਿਓ ਇਨ ਦਾ ਮਾਰਨਿੰਗ ਵੀ ਵਿਸ਼ ਮਤਲਬ ਸਵੇਰੇ ਅਸੀਂ ਕੀ ਵਿਸ਼ ਕਰਦੇ ਆ ਕੀ ਕਹਿੰਦੇ ਆ ਗੁੱਡ ਮਾਰਨਿੰਗ ਕੀ ਕਹਿੰਦੇ ਬੱਚਿਓ ਗੁੱਡ ਮਾਰਨਿੰਗ ਇਨ ਦਾ ਆਫਟਰਨੂਨ ਵੀ ਵਿਸ਼ ਹੀ ਵਿਸ਼ ਕਰਦੇ ਆ ਬੱਚਿਓ ਕੀ ਕਹਿੰਦੇ ਆ ਆਪਾਂ ਗੁੱਡ ਆਫਟਰਨੂਨ ਇਨ ਦਾ ਈਵਨਿੰਗ ਵੀ ਵਿਸ਼ ਈਵਨਿੰਗ ਕਿਉਂਦਾ ਬੱਚਿਓ ਸ਼ਾਮ ਸ਼ਾਮ ਨੂੰ ਆਪਾਂ ਕੀ ਕਹਿੰਦੇ ਆ ਬੱਚਿਓ ਗੁੱਡ ਈਵਨਿੰਗ ਐਂਡ ਵੈਨ ਵੀ ਗੋ ਟੂ ਬੈਡ ਜਦੋਂ ਅਸੀਂ ਸੌਂਨੇ ਹਾਂ ਉਦੋਂ ਕੀ ਕਹਿੰਦੇ ਆ ਬੱਚਿਓ ਗੁੱਡ ਨਾਈਟ ਬੱਚਿਓ ਦੇਖੋ ਜਦੋਂ ਅਸੀਂ ਪੰਜਾਬੀ ਵਿੱਚ ਵਿਸ਼ ਕਰਦੇ ਹਾਂ ਜਾਂ ਹਿੰਦੀ ਵਿੱਚ ਵਿਸ਼ ਕਰਦੇ ਹਾਂ ਤੇ ਇੱਕੋ ਹੀ ਸਾਡੇ ਕੋਲ ਸ਼ਬਦ ਹੁੰਦਾ ਜਿੱਦਾਂ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਲੇਕਿਨ ਇੰਗਲਿਸ਼ ਵਿੱਚ ਬੱਚਿਓ ਸਵੇਰ ਦੀ ਨਮਸਤੇ ਅਲੱਗ ਹੈ ਦੁਪਹਿਰ ਦੇ ਵੇਲੇ ਅਲੱਗ ਹੈ ਸ਼ਾਮ ਦੇ ਵੇਲੇ ਅਲੱਗ ਹੈ ਤੇ ਰਾਤ ਨੂੰ ਅਲੱਗ ਹੈ ਜਿਵੇਂ ਸਵੇਰੇ ਬੱਚਿਓ ਆਪਾਂ ਕੀ ਬੋਲਾਂਗੇ ਜਦੋਂ ਅਸੀਂ ਉੱਠਦੇ ਹਾਂ ਕੀ ਬੋਲਾਂਗੇ ਮੰਮੀ ਡੈਡੀ ਨੂੰ ਜਿਹੜਾ ਵੀ ਮਿਲੇ ਸਾਨੂੰ ਗੁੱਡ ਮਾਰਨਿੰਗ ਕੀ ਬੋਲਾਂਗੇ ਬੱਚਿਓ ਗੁੱਡ ਮਾਰਨਿੰਗ ਇਨ ਦਾ ਆਫਟਰਨੂਨ ਬੱਚੇ ਆਫਟਰਨੂਨ ਕਦੋਂ ਹੁੰਦਾ ਆਫਟਰਨੂਨ ਹੁੰਦਾ ਬੱਚਿਓ ਦੁਪਹਿਰ ਦੇ 12 ਵਜੇ ਤੋਂ ਬਾਅਦ ਜਦੋਂ ਪੂਰੇ 12 ਵਜੇ ਤੇ ਉਹਨੂੰ ਕਹਿੰਦੇ ਆਪਾਂ ਨੂਨ ਕੀ ਕਹਿੰਦੇ ਬੱਚਿਓ ਨੂਨ ਤੇ ਜਦੋਂ 12 ਵਜੇ ਬਜ ਕੇ ਬਾਅਦ ਵਿੱਚ ਮਨ ਲੋ 1 ਮਿੰਟ ਹੋ ਗਿਆ 2 ਮਿੰਟ ਹੋ ਗਏ ਤੇ ਮਨ ਲੋ ਕਹਿ ਲਓ 12 ਵਜੇ ਤੋਂ ਬਾਅਦ ਅਸੀਂ ਕਹਿੰਦੇ ਆ ਆਫਟਰਨੂਨ ਤੂੰ ਕਿਦਾਂ ਵੀਸ਼ ਕਰਾਂਗੇ ਉਸ ਤੋਂ ਬਾਅਦ ਸਾਨੂੰ ਕੋਈ ਮਿਲੇ ਤਾਂ ਅਸੀਂ ਬੋਲਾਂਗੇ ਗੁੱਡ ਆਫਟਰਨੂਨ ਤੇ ਇਹਦਾ ਈਵਨਿੰਗ ਈਵਨਿੰਗ ਕੀ ਹੁੰਦਾ ਬੱਚੋ ਸ਼ਾਮ ਹੁੰਦੀ ਹੈ ਸ਼ਾਮ ਮਤਲਬ ਕਹਿ ਲਓ 5 ਵਜੇ ਤੋਂ ਬਾਅਦ ਆਪਾਂ ਸ਼ਾਮ ਨੂੰ ਮੰਨਦੇ ਆਂ ਸ਼ਾਮ ਕਦੋਂ ਸ਼ੁਰੂ ਹੁੰਦੀ ਬੱਚੋ 5 ਵਜੇ ਤੇ 5 ਵਜੇ ਤੋਂ ਬਾਅਦ ਜੇ ਸਾਨੂੰ ਕੋਈ ਮਿਲੇ ਉਹਨਾਂ ਅਸੀਂ ਕੀ ਬੋਲਾਂਗੇ ਗੁੱਡ ਈਵਨਿੰਗ ਤੇ ਰਾਤ ਤੱਕ ਮਤਲਬ ਜਦੋਂ ਤੱਕ ਅਸੀਂ ਸੌਂਦੇ ਨਹੀਂ ਰਾਤ ਵੀ ਹੋਵੇ ਮਤਲਬ ਰਾਤ ਨੂੰ ਵੀ ਅਸੀਂ ਕਿਸੇ ਨੂੰ ਮਿਲਾਂਗੇ ਉਹਨੂੰ ਅਸੀਂ ਗੁੱਡ ਨਾਈਟ ਨਹੀਂ ਬੋਲਾਂਗੇ ਉਹਨੂੰ ਕੀ ਬੋਲਾਂਗੇ ਗੁੱਡ ਈਵਨਿੰਗ ਤੇ ਗੁੱਡ ਨਾਈਟ ਕਦੋਂ ਬੋਲਣੀ ਹੈ ਬੱਚਿਓ ਜਦੋਂ ਅਸੀਂ ਸੌਂਦੇ ਹਾਂ ਜਦੋਂ ਅਸੀਂ ਬਿਸਤਰੇ ਤੇ ਸੋ ਜਾਂਦੇ ਹਾਂ ਉਦੋਂ ਸੌਣ ਤੋਂ ਪਹਿਲਾਂ ਅਸੀਂ ਕੀ ਬੋਲਣਾ ਹੈਗਾ ਗੁੱਡ ਨਾਈਟ ਇਹ ਹੈ ਬੱਚਿਓ ਇਨ ਦਾ ਮਾਰਨਿੰਗ ਵੀ ਵਿਸ਼ ਗੁੱਡ ਮਾਰਨਿੰਗ ਇਨ ਦਾ ਆਫਟਰਨੂਨ ਵੀ ਵਿਸ਼ ਗੁੱਡ ਆਫਟਰਨੂਨ ਇਨ ਦਾ ਈਵਨਿੰਗ ਵੀ ਵਿਸ਼ ਗੁੱਡ ਈਵਨਿੰਗ ਐਂਡ ਵੈਨ ਵੀ ਗੋ ਟੂ ਬੈਡ ਜਦੋਂ ਮਤਲਬ ਅਸੀਂ ਸੌ ਸੌਣ ਜਾਂਦੇ ਹਾਂ ਵੀ ਵਿਸ਼ ਗੁੱਡ ਨਾਈਟ ਆ ਬੱਚੋ ਦੇਖਿਓ ਪਿਕਚਰ ਦੇਖੋ ਇਹ ਕੌਣ ਹੈ ਬੱਚੋ ਨੀਲੂ ਹੈ ਤੇ ਇਹ ਉਸ ਦੀ ਮਮਾ ਹੈ ਨੀਲੂ ਗੈਟਸ ਅਪ अर्ਲੀ ਇਨ ਦਾ ਮਾਰਨਿੰਗ ਨੀਲੂ ਸਵੇਰੇ ਜਲਦੀ ਉੱਠਦੀ ਹੈ ਐਂਡ ਵਿਸ਼ੇਸ ਹਰ ਮਦਰ ਗੁੱਡ ਮਾਰਨਿੰਗ ਤੇ ਮਮਾ ਨੂੰ ਕੀ ਬੋਲੀ ਆਪਣੀ ਨੂੰ ਇਹ ਗੁੱਡ ਮਾਰਨਿੰਗ ਮਮਾ ਤੇ ਉਹਦੀ ਮੰਮਾ ਅੱਗੇ ਕੀ ਬੋਲਦੀ ਹੈ ਬੱਚਿਓ ਗੁੱਡ ਮਾਰਨਿੰਗ ਨੀਲੂ ਕਦੋਂ ਬੋਲਨੀ ਹੈ ਬੱਚਿਓ ਗੁੱਡ ਮਾਰਨਿੰਗ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਅੱਗੇ ਬੱਚਿਓ ਨੀਲੂ विशेस ਹਰ ਟੀਚਰ ਗੁੱਡ ਆਫਟਰਨੂਨ ਵੈਨ ਸ਼ੀ ਲੀਵਸ ਦ ਸਕੂਲ ਜਦੋਂ ਸਕੂਲ ਛੱਡ ਕੇ ਘਰ ਜਾਂਦੀ ਹੈ ਮਤਲਬ ਜਦੋਂ ਉਹਨੂੰ ਛੁੱਟੀ ਹੋ ਜਾਂਦੀ ਹੈ ਤਾਂ ਉਹ ਆਪਣੀ ਮੈਡਮ ਨੂੰ ਨੀਲੂ ਕੀ ਕਹਿੰਦੀ ਹੈ ਬੱਚਿਓ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਕਿਉਂ ਕਿਹਾ ਬੱਚਿਓ ਕਿਉਂਕਿ ਦੁਪਹਿਰ ਦੇ 12 ਵਜੇ ਤੋਂ ਬਾਅਦ ਅਸੀਂ ਗੁੱਡ ਆਫਟਰਨੂਨ ਕਹਿੰਦੇ ਹਾਂ ਕਿ ਸਾਨੂੰ ਛੁੱਟੀ ਅੱਜ ਕੱਲ ਕਿੰਨੇ 2 ਵਜੇ ਹੋ ਜਾਂਦੀ ਹੈ ਜਿਵੇਂ ਤੇ ਦੁਪਹਿਰ ਦੇ 12 ਵਜੇ ਤੋਂ ਬਾਅਦ ਦਾ ਟਾਈਮ ਹੈਗਾ ਇਸ ਲਈ ਕੀ ਬੋਲਾਂਗੇ ਗੁੱਡ ਆਫਟਰਨੂਨ ਨੀਲੂ ਕੀ ਕਹਿ ਰਹੀ ਟੀਚਰ ਨੂੰ ਗੁੱਡ ਆਫਟਰਨੂਨ ਟੀਚਰ ਤੇ ਟੀਚਰ ਅਗੇ ਕੀ ਕਹਿੰਦੀ ਹੈ ਗੁੱਡ ਆਫਟਰਨੂਨ ਨੀਲੂ ਨੈਕਸਟ ਹੈ ਬੱਚਿਓ ਨੀਲੂ ਬਿਸ਼ੀਸ ਹਰ ਫਰੈਂਡਸ ਗੁੱਡ ਈਵਨਿੰਗ ਵੈਨ ਸ਼ੀ ਮੀਟਸ ਥੈਮ ਇਨ ਦਾ ਈਵਨਿੰਗ ਨੀਲੂ ਜਦੋਂ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਮਿਲਦੀ ਹੈ ਤਾਂ ਕੀ ਕਹਿੰਦੀ ਹੈ ਬੱਚਿਓ ਉਹਨਾਂ ਨੂੰ ਆਪਣੇ ਦੋਸਤਾਂ ਨੂੰ ਗੁੱਡ ਈਵਨਿੰਗ ਈਵਨਿੰਗ ਕਦੋਂ ਸ਼ੁਰੂ ਹੁੰਦੀ ਹੈ ਬੱਚਿਓ 5 ਵਜੇ ਤੋਂ ਬਾਅਦ ਸ਼ਾਮ ਨੂੰ 5 ਵਜੇ ਤੋਂ ਬਾਅਦ ਤੇ ਦੇਖੋ ਬੱਚਿਓ ਆਹ ਨੀਲੂ ਹੈ ਤੇ ਆਹ ਦੇ ਫਰੈਂਡਸ ਹੈ ਨੀਲੂ ਆਪਣੇ ਫਰੈਂਡਸ ਨੂੰ ਕੀ ਕਹਿ ਰਹੀ ਹੈ good evening friends the friends are you ki keh rahe hai good evening nilu wishes her mother good night when she goes to bed jadon nilu son lay bed te jandi hai te oh apni mamma nu ki khendi hai good night good night te mamma ki khendi hai again good night nilu bache tusi vi eda kar ਆਪਣੇ ਮੰਮੀ ਡੈਡੀ ਆਪਣੇ ਭੈਣ ਭਰਾ ਨੂੰ ਕਿਹਾ ਕਰੋ ਸਵੇਰੇ ਗੁੱਡ ਮਾਰਨਿੰਗ ਕਹਿਣੀ ਆਪਾਂ ਤੇ ਦੁਪਹਿਰ ਤੋਂ ਬਾਅਦ ਆਪਾਂ ਗੁੱਡ ਆਫਟਰਨੂਨ ਕਹਿਣਾ ਹੈ ਸ਼ਾਮ ਨੂੰ ਗੁੱਡ ਇਵਨਿੰਗ ਜਦੋਂ ਸੌਣਾ ਹੈਗਾ ਸੌਣ ਤੋਂ ਪਹਿਲਾਂ ਕੀ ਕਹਿਣਾ ਆਪਾਂ ਗੁੱਡ ਨਾਈਟ ਹਾਂ ਵਿੱਚ ਹੋਰ ਦੇਖੋ ਪਲੀਜ਼ ਅਸੀਂ ਕਦੋਂ ਕਹਿੰਦੇ ਆ ਪਲੀਜ਼ ਜਦੋਂ ਅਸੀਂ ਕਿਸੇ ਤੋਂ ਕੋਈ ਚੀਜ਼ ਮੰਗਣੀ ਹੋਵੇ ਤੇ ਅਸੀਂ ਕੀ ਕਵਾਂਗੇ ਉਹਨੂੰ ਪਲੀਜ਼ ਜਿਵੇਂ ਦੇਖੋ ਪਿਕਚਰ ਵਿੱਚ ਕੀ ਹੈ ਨੀਲੂ ਸੋਨੀਆ ਤੋਂ ਪੈਨਸਲ ਆ ਸੋਨੀਆ ਹੈ ਬੱਚਿਓ ਆ ਨੀਲੂ ਹੈ ਇਹ ਤਾਂ ਪੈਨਸਲ ਮੰਗਦੀ ਪਈ ਹੈ ਤੇ ਨੀਲੂ ਸੇਜ਼ ਪਲੀਜ਼ ਵੈਨ ਸ਼ੀ ਆਸਕਸ ਫਾਰ ਸਮਥਿੰਗ ਫ্রম 애니ਵਨ ਨੀਲੂ ਕੀ ਕਹਿੰਦੀ ਹੈ ਬੱਚਿਓ ਪਲੀਜ਼ ਕਹਿੰਦੀ ਹੈ ਜਦੋਂ ਉਸਨੇ ਕਿਸੇ ਕੋਲੋਂ ਕੋਈ ਚੀਜ਼ ਮੰਗਣੀ ਹੋਵੇ ਹਾਂ ਦੇਖੋ ਨੀਲੂ ਕੀ ਕਹਿ ਰਹੀ ਸੋਨੀਆ ਨੂੰ ਪਲੀਜ਼ ਗਿਵ ਮੀ ਯੂ ਪੈਨਸਲ ਤੇ ਨੀਲੂ ਕਹਿ ਰਹੀ ਹੈ ਬੱਚਿਓ ਕਿ ਮੈਨੂੰ ਆਪਣੀ ਪੈਨਸਲ ਦੇ ਦਿਓ ਤੇ ਸੋਨੀਆ ਕੀ ਕਹਿੰਦੀ ਹੈ ਬੱਚਿਓ ਓਕੇ ਟੇਕ ਇਟ ਖਾਂ ਲੈ ਲੋ ਤੇ ਜਦੋਂ ਸੋਨੀਆ ਇਹਨਾਂ ਨੂੰ ਪੈਨਸਲ ਦੇ ਦਿੱਤੀ ਤੇ ਨੀਲੂ ਨੇ ਕੀ ਕਿਹਾ ਥੈਂਕਸ ਸੋਨੀਆ ਜਦੋਂ ਸਾਨੂੰ ਕੋਈ ਚੀਜ਼ ਦਵੇ ਤਾਂ ਅਸੀਂ ਕੀ ਕਹਿੰਨੇ ਆ ਬੱਚਿਓ ਥੈਂਕਸ ਅੱਗੇ ਹੈ ਬੱਚਿਓ ਸੌਰੀ ਕਿਸ ਵੇਲੇ ਕਹਿਣਾ ਹੈਗਾ ਆਪਾਂ ਨੇ ਤੇ ਨੀਲੂ ਸੇ ਸੌਰੀ ਇਫ ਸ਼ੀ ਡਿਸਟਰਬਸ ਐਨੀ ਵਨ ਬਾਈ ਮਿਸਟੇਕ ਮਤਲਬ ਗਲਤੀ ਨਾਲ ਕਿਸੇ ਨੂੰ ਡਿਸਟਰਬ ਕਰੇ ਜਿਵੇਂ ਦੇਖੋ ਬੱਚੇ ਆ ਨੀਲੂ ਦਾ ਪੈਰ ਜਿਹੜਾ ਹੈਗਾ ਸੋਨੀਆ ਦੇ ਪੈਰ ਉੱਤੇ ਆਪਣੇ ਆਪ ਚੜ ਗਿਆ ਹੈਗਾ ਉੱਪਰ ਤੇ ਮੈਨੂੰ ਨੀਲੂ ਨੂੰ ਪਤਾ ਨਹੀਂ ਲੱਗਿਆ ਗਲਤੀ ਨਾਲ ਹੋ ਗਿਆ ਇਹ ਤੇ ਨੀਲੂ ਨੇ ਕੀ ਕਿਹਾ ਸੌਰੀ ਸੋਨੀਆ ਤੇ ਬੱਚਿਓ ਆਸੀ ਆਪਣਾ ਪਹਿਲਾ ਲੈਸਨ ਥੈਂਕਸ